ਇੱਥੇ ਸੁਣਦਾ ਬਾਈ? ਹੋਰ ਬਾਈ ਇਹਨੂੰ ਕਿੱਥੇ ਸੁਣੋ? ਵਾਹਿਗੁਰੂ ਮੇਰੇ ਮਾਲਕਾ, ਉੱਠ ਉੱਠ ਆ ਦੇਖ ਬਾਈ ਕੀ ਹਾਲਾਤ ਇਹਦੇ ਯਾਰ। ਦੇਖ ਇਧਰ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ ਜੀ? ਅਸੀਂ ਮੋਗੇ ਤੋਂ ਆਏ ਸੀਗੇ ਜੀ, ਆਸ਼ਰਮ ਤੋਂ। ਹਾਂਜੀ, ਆਪਣੀ ਸੰਸਥਾ ਬਣਾਈ ਹੋਈ ਵੀ ਆ ਤੇ ਤੁਹਾਡੇ ਘਰੇ ਬੰਦਾ ਸੀਗਾ ਜੀ ਇੱਕ। ਹਾਂਜੀ, ਤੇ ਕਿੱਥੇ ਆ ਦਿਖਾ ਸਕਦੇ ਆ? ਇਹ ਇੱਥੇ ਸੁਣਦਾ ਬਾਈ? ਵਾਹਿਗੁਰੂ ਮੇਰੇ ਮਾਲਕਾ, ਉੱਠ ਉੱਠ ਆ ਦੇਖ ਬਾਈ ਕੀ ਹਾਲਾਤ ਇਹਦੇ ਯਾਰ। ਕੀ ਹਾਲ ਆ? ਇਹ ਬਈ ਬਿਮਾਰ ਵੀ ਆ। ਅਬੇ ਮੈਂ ਦਵਾਈ ਲਿਆ ਕੇ ਦਿੱਤੀ, ਵੇਖ ਲਓ ਭਾਵੇਂ ਜਿੱਥੇ। ਕਿੱਥੇ ਆ ਦਵਾਈ? ਲਿਆਇਓ ਦਵਾਈ। ਬੁਖਾਰ ਹੈਗਾ ਵੀ। ਠੀਕ ਆ? ਨਹੀਂ। ਤੇਰਾ ਨਾਂ ਕੀ ਆ ਬਈ? ਆ ਦੇਖੋ ਬਈ ਕਿਹੜੀ ਨਰਕ ਭਰੀ ਜ਼ਿੰਦਗੀ ਹੈ ਸਰਦਾਰ ਆ। ਕੋਠੀ ਤੁਸੀਂ ਦੇਖੋ ਸਰਦਾਰ ਦੀ ਕਿੱਡੀ ਆ, ਔਰ ਆ ਪਾਇਆ ਦੇਖੋ ਤੁਸੀਂ ਕਿੱਥੇ ਆ। ਉੱਤੇ ਹੀ ਬਾਥਰੂਮ ਕਰੀ ਜਾਂਦਾ, ਲੈਟਰਿੰਗ ਕਰੀ ਜਾਂਦਾ ਬਈ। ਆ ਜਾ ਉੱਠ ਖੜ। ਰਹਿਣ ਵਾਲਾ ਕਿੱਥੋਂ ਦਾ ਤੂੰ? ਬਿਹਾਰ ਦਾ। ਪਿੰਡ ਕਿਹੜਾ? ਆ ਜਾ ਉੱਠ ਖੜ ਉੱਠ ਖੜ ਉੱਠ ਖੜ ਤੈਨੂੰ ਲੈਣ ਆਏ ਆ। ਜਾਣਾ? ਕਿਉਂ? ਚੱਲੀਏ, ਆ ਜਾ। ਨਹੀਂ ਨਹੀਂ ਮੈਂ ਅੱਛਾ ਜੀ, ਕੋਈ ਕਹਿ ਨੀ, ਵਿਆਹ ਸ਼ਾਦੀ ਹੋਵੇ ਹਾਂਜੀ, ਇੱਥੇ ਮਰਜ਼ੀ ਜਾਂਦਾ ਵਾ। ਅੱਛਾ ਜੀ, ਇਹ ਹੋਣਾ ਦਿਹਾੜੀ ਕੇ ਚਲੋ ਬਿਮਾਰ ਹੋਇਆ ਵਾ, ਆਵੇ ਮੈਂ ਦਵਾਈ ਲਿਆ ਕੇ ਦਿੱਤੀ, ਕੱਲ ਦੀ ਖੂਨ ਡਿਆ ਇਹਨੂੰ। ਅੱਛਾ ਜੀ, ਇੱਥੇ ਲਾ ਕੇ ਡਾਕਟਰ ਨੂੰ ਪੁੱਛਾ ਦੇ ਜੀ। ਪਰ ਬਈ ਇਹਨੂੰ ਘੱਟੋ ਘੱਟ ਆ ਤਾਂ ਸਹੀ ਤਰੀਕੇ ਨਾਲ ਦਈਏ ਆਪਾਂ, ਹਨਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਇਹ ਆ ਇਹਦੇ ਜਾਣੀ ਕੇ ਜਿਹੜੇ ਨਾਲੇ ਆ ਨਾ, ਉਹ ਜਾਣੀ ਕੇ ਮੈਨੂੰ ਪਤਾ ਲੱਗਿਆ ਗੱਦੂ ਨੜਾ ਫਲ ਫਲ ਲੱਗੇ ਹੋਏ ਆ ਬਈ ਇਹਦੇ, ਜਾਣੀ ਕੇ ਜਗਾੜ ਹੈ ਨਹੀਂ ਇਹਦਾ। ਚਾਰ ਡੰਗਰ ਆ ਸਾਡੇ ਕੋਲ, ਸਿਰਫ ਮਾੜਾ ਜਿਹੜੇ ਦੋ ਗੋਹੇ ਸੁੱਟਣੇ ਇਹਨੇ ਤੇ ਬਸ ਮੁੜ ਕੇ ਸਾਡੇ। ਇਹਨੂੰ ਤੁਸੀਂ ਲੈ ਕੇ ਕਿੱਥੋਂ ਆਏ ਸੀ? ਇਹਨੂੰ ਭਾਜੀ ਇੱਥੋਂ ਪਾਰੋਂ ਲਿਆਂਦਾ। ਕਿੱਥੋਂ? ਤਨਖਾਹ ਵਗੈਰਾ ਕੋਈ? ਇਹਨੂੰ ਤਨਖਾਹ ਭਾਜੀ ਪਹਿਲਾਂ ਕੋਈ ਇਲਾਜ ਲੂਜ ਕੋਈ ਇਹਦਾ? ਹੁਣ ਜੇ ਇਹਨੂੰ ਦਾਖਲ ਕਰਾਈਏ ਤੁਸੀਂ ਪੈਸੇ ਲਾ ਦੋਗੇ? ਅਸੀਂ ਆਪੇ ਕਰਵਾ ਲਾਂਗੇ ਇਲਾਜ, ਅਸੀਂ ਆਪੇ ਕਰਵਾ ਲਾਂਗੇ। ਨਹੀਂ, ਇਲਾਜ ਤਾਂ ਹੁਣ ਤੱਕ ਨੀ ਤੁਸੀਂ ਕਰਵਾਇਆ ਬਾਈ ਜੀ ਇਹਦਾ। ਡਰਨਾ ਤੈਨੂੰ ਲੈਣ ਹੀ ਆਇਆ ਭਰਾ ਤੇਰੇ। ਆ ਜਾ ਉੱਠ ਖੜ। ਕਿੱਥੇ? ਉੱਠਦਾ ਸਹੀ ਨਾ ਜਾਈ, ਉੱਠਦਾ ਖੜ। ਖੜਾ ਤਾਂ ਥੱਲੇ ਤੋਂ ਉੱਤਰ ਜਾਈ ਨਾ, ਥੱਲੇ ਤਾਂ ਆ ਜਾ ਥੱਲੇ ਲੱਗੇ ਆ। ਪੁੱਛ ਲੋ, ਨਾਲ ਪੁੱਛ ਲੋ ਮੁੰਡਾ ਵਾ। ਠੀਕ ਆ ਬਈ, ਇਹਨੂੰ ਪੁੱਛ ਲੋ ਵੀ ਇਹਨੂੰ ਕੱਲ ਨੂੰ ਹੋਣਦਾ ਇਹਨੂੰ ਕਿਹਾ, ਕਹਿੰਦਾ ਨਹੀਂ ਮੈਨੂੰ ਬੁਖਾਰ ਹੋ ਜਾਣਾ। ਅੱਛਾ,
ਚੱਲ ਥੱਲੇ ਆ ਜਾ ਥੱਲੇ ਤਾਂ ਉੱਤਰ ਖੜ ਲੈ ਆ ਬਈ ਇਹ ਅਸੀਂ ਕਿੰਨਾ ਕੁ ਚਿਰ ਤੋਂ ਆਵਾਂਗੇ ਮੈਂ ਪੁੱਛ ਲਓ ਆਪਣੇ ਅੱਜ ਅਸੀਂ ਉਹਨੂੰ ਵੀਡੀਓ ਵਿਖਾ ਦਿੰਦੇ ਆ ਕਿਹੜੀ ਵਾਰ ਆ ਜਾਂਦੇ ਦਿਖਾਇਓ ਇਹਨੂੰ ਮੈਂ ਖੁਦ ਆ ਬਣਵਾਉਂਦਾ ਰਿਹਾ ਇਹਨੂੰ ਇਹਦੇ ਪੈਰ ਕੂਚਣੇ ਪਰ ਬਈ ਆ ਕੱਪੜੇ ਦਾ ਆਪਾਂ ਮੈਂ ਨਾ ਆ ਵੇਖ ਹੀ ਲੈਣਾ ਤੁਸੀਂ ਹਾਂ ਇਹਨੇ ਨਾ ਮੈਨੂੰ ਦਿੱਤਾ ਨਾਲੇ ਵਾਲਾ ਪਜਾਮਾ ਤੇ ਇਹਦੇ ਜਵਾਨ ਨੇ ਕਿਤੇ ਉਹ ਬੰਨ ਲਿਆ ਕੱਸ ਕੇ ਉਹ ਇੱਥੇ ਨਾ ਭੁੜਕੇ ਤਾਂ ਨੂੰ ਹੋਵੇ ਤੇ ਮੈਂ ਇਹਨੂੰ ਗੱਲ ਕੀ ਆ ਅੱਛਾ ਅੱਛਾ ਮੈਂ ਇਹਨੂੰ ਕਿੰਦ ਨੂੰ ਆਖਿਆ ਮੈਂ ਕਿਹਾ ਜਾਂ ਦੇ ਦਰਦ ਹੁੰਦੀ ਇਹਦੇ ਗੰਗਿਆ ਤੂੰ ਆ ਨਾਲ ਮੈਂ ਦਰਦ ਦਰਦ ਹੁੰਦੀ ਇਹਦੇ ਮੈਂ ਇਹਨੂੰ ਆਖਿਆ ਮੈਂ ਪਜਾਮਾ ਲਿਆ ਦੇ ਮੰਜਾ ਲਿਆ ਦੇ ਕਹਿੰਦੇ ਮੰਜੇ ਦੇ ਨੀ ਮੈਂ ਪਹਿਣਾ ਮੈਂ ਇੱਥੇ ਪਹਿਣਾ ਹੂੰ ਤੇ ਜਾਂ ਮੈਂ ਇਹਨੂੰ ਆਖਿਆ ਮੈਂ ਇਹਨੂੰ ਨਵਾਓ ਯਾਰ ਇੱਕ ਕਹਿੰਦਾ ਕਮੀਜ਼ ਲਾਇਆ ਤੇ ਪਜਾਮਾ ਲਾਵੇ ਨਾ ਫਿਰ ਕਹਿੰਦਾ ਮੈਂ ਨੀ ਪਜਾਮਾ ਲਾਉਣਾ ਮੈਂ ਕਿਹਾ ਚੱਕਰ ਕੀ ਆ ਜਾਂ ਮੈਂ ਮੁੜ ਕੇ ਵੇਖਿਆ ਤੇ ਇਹਦਾ ਜਿਹੜਾ ਅਕੜੀਆਂ ਨਾਲਾ ਇਹ ਜ਼ਖਮ ਦੇ ਵਿੱਚ ਫਸਿਆ ਫਿਰ ਮੁੜ ਕੇ ਮੈਂ ਹੁਣ ਮੈਂ ਵੀ ਕਿਤੇ ਕੱਢਾਂਗਾ ਤੈਨੂੰ ਫਿਰ ਮੈਂ ਕਰਦ ਲੈ ਕੇ ਤੇ ਉਹਨੂੰ ਨਾਲੇ ਨੂੰ ਕੱਢਿਆ ਕੱਟਿਆ ਕੱਟ ਕੇ ਇਹਦੇ ਵਿੱਚੋਂ ਕੱਢਿਆ ਅੱਛਾ ਜਿਹਨੂੰ ਮਰਜ਼ੀ ਤੇਰੇ ਭਾਈ ਕੱਪੜੇ ਜਾ ਕੇ ਪਤਾ ਕਰ ਸਕਦੇ ਜੇ ਇਹਨੂੰ ਆਪਾਂ ਬੰਦੀ ਬਣਾ ਕੇ ਮੰਜਾ ਮੁੰਜਾ ਦੇ ਦਿੰਦੇ ਯਾਰ ਨਵਾਂ ਲਿਆ ਦਿੰਦੇ ਮੰਜਾ ਪਿਆ ਮੰਜੇ ਨੇ ਕਹਿੰਦਾ ਮੰਜੇ ਤੇ ਪੈਂਦਾ ਹੀ ਨਹੀਂ ਆ ਇਹ ਤਾਂ ਪੈਣਾ ਹੈ ਨਹੀਂ ਉੱਤੇ ਹੀ ਆ ਇੱਥੇ ਪੈਣਾ ਤਾਂ ਮੈਂ ਵੀਡੀਓ ਵਿਖਾ ਦਿੰਦਾ ਵਾ ਭਾਜੀ ਆਪਣੇ ਵਿੱਚ ਜਿੱਦਾਂ ਦੇ ਆਪਾਂ ਅੱਜ ਤੱਕ ਦੀ ਇੱਥੇ ਹੱਥ ਚੱਕ ਕੇ ਨਹੀਂ ਦੇਖਿਆ ਇੱਥੇ ਅੱਛਾ ਜੀ ਜਿਹਨੂੰ ਪੁੱਛਦੇ ਜਿੱਦਾਂ ਪਿੰਡ 'ਚ ਜਿਹਨੂੰ ਮਰਜ਼ੀ ਜਾ ਕੇ ਪੁੱਛ ਲਓ ਵੀ ਇਹ ਬੰਦਾ ਯਾਦ ਆ ਆਹ ਥੋੜੇ ਕੁ ਦਿਨ ਹੀ ਹੋਏ ਨਹੀਂ ਤੇ ਜਿਹਦੇ ਵਿਆਹ ਸ਼ਾਦੀ ਹੋਵੇ ਅਸੀਂ ਆਹ ਬੂਆ ਮਾਰਨਾ ਵਾ ਤੇ ਇਹਨੇ ਆਪਣੀ ਮਰਜ਼ੀ ਟੱਪ ਕੇ ਵਿਆਹ ਵਾਲੇ ਘਰ ਚੱਲ ਜਾਣਾ ਵਾ ਫਿਰ ਇਲਾਜ ਕਰਦੇ ਆ ਕੋਈ ਥਾਣੇ ਥੋੜੇ ਰਿਪੋਰਟ ਦਿੱਤੀ ਵੀ ਤੁਸੀਂ ਆਇਆ ਸਾਡੇ ਕੋਲੇ ਬੰਦਾ ਪਰ ਬਾਈ ਆਪਾਂ ਪਸ਼ੂਆਂ ਨੂੰ ਵੀ ਦੋ ਟਾਈਮ ਨਵਾ ਦਿੰਦੇ ਧੱਕੇ ਨਾਲ ਨਵਾ ਨਵੂ ਦਿਆ ਕਰੋ ਇਹਨੂੰ ਜੇ ਮੰਨਦਾ ਤਾਂ ਮੰਮੀ ਹੈ ਨੀ ਕੋਈ ਬਾਈ ਚੱਲ ਆ ਜਾ ਥੱਲੇ ਤਾਂ ਆ ਜਾ ਬਈਆ ਲਾਇਓ ਕੰਬਲ ਲਾਇਓ ਛੋਟੂ ਲਾ ਲਾ ਕਿਤੇ ਨੀ ਲੈ ਕੇ ਜਾਂਦੇ ਆ ਜਾ ਕੇ ਕਿਲੋ ਜਾ ਨਾ ਉੱਠ ਕੇ ਆ ਉੱਠ ਕੇ ਉੱਠ ਖੜ ਆ ਜਾ ਉੱਠ ਕੇ ਬਹਿ ਜਾ ਕੁਛ ਨਹੀਂ ਕਹਿੰਦਾ ਤੈਨੂੰ ਚੱਲ ਮੈਂ ਕਿਹੜਾ ਇਹਨਾਂ ਭਲਾ ਬੰਦੀ ਬਣਾ ਕੇ ਰੱਖੇ ਜਾਣ ਉਹਦੇ ਭਾਈ ਕੱਪੜੇ ਹੋਰ ਹੈ ਨਹੀਂ ਇੱਥੇ ਪਏ ਤੁਹਾਡੇ ਕੋਈ ਜਿਹੜੇ ਪਾਉਂਦਾ ਹੋਵੇ ਕਿੱਥੇ ਕੱਪੜੇ ਕੱਪੜੇ ਦਾ ਇਹਦੇ ਲਾਓ ਨਾ ਪਹਿਲਾਂ ਜਿਹੜੇ ਵਿਚਾਰ ਜਿਹੜੇ ਭਾਜੀ ਇੱਕ ਵਾਰ ਜਦੋਂ ਪਵਾਤੇ ਨਾ ਇਹਨੂੰ ਇਹਨੇ ਧੋਣੇ ਨਹੀਂ ਆ ਉਹ ਮੁੜ ਕੇ ਜਿੱਦਾਂ ਅੰਗਰੇਜ਼ਾਂ ਦਾ ਕੰਮ ਹੀ ਆ ਬਸ ਇਹਦਾ ਆਪ ਤੋਂ ਲਈਦੇ ਕੀ ਆ ਅੱਛਾ ਚਲ ਆ ਜਾ ਥੱਲੇ ਉੱਤਰ ਮੜਿਆ ਬੜਾ ਸੋਹਣਾ ਆਪਣਾ ਕੰਮ ਤੈਨੂੰ ਦਵਾਈ ਦੇਣ ਆਏ ਆ ਆ ਲਾ ਦੇ ਤੂੰ ਲਾ ਦੀ ਨਾ ਨਾ ਪਿਆ ਰਹਿਣ ਦੋ ਕੋਈ ਨਾ ਚਲ ਰਹਿਣ ਦੇ ਆ ਜਾ ਗੋਰੇ ਫੜੀਆਂ ਇਧਰੋਂ ਬਈ ਆ ਜਾ ਆ ਜਾ ਡਰ ਨਾ ਆ ਜਾ ਮੱਝ ਲੈ ਕੇ ਆਉਂਦੀ ਨਵੀਂ ਆਪਾਂ ਦੇਖੀਏ ਆ ਜਾ ਬਾਹਰ ਆ ਜਾ ਨਹੀਂ ਭਰਾ ਉਹ ਕੋਈ ਨਹੀਂ ਭਰਾ ਤੂੰ ਮੈਂ ਵੀ ਨਾਲ ਹੀ ਆ ਆ ਵੇ ਨਾਲ ਆ ਤੇਰੇ ਬਾਈ ਤੁਰਤਾ ਸੀ ਉਰੇ ਆ ਆ ਜਾ ਆ ਜਾ ਡਰ ਨਾ ਬੈਠਾ ਸੀ ਅੱਛਾ ਆ ਉਹ ਮੇਰੇ ਖਾ ਗਏ ਕੋਈ ਨਹੀਂ ਆ ਜਾ ਤੁੱਪੇ ਆ ਜਾ ਕੋਈ ਨਾ ਲੈ ਕੇ ਰਜਾਈ ਪੈ ਜਾ ਆ ਜਾ ਇੱਧਰ ਇੱਧਰ ਬਹਿ ਜਾ ਉੱਥੇ ਬਹਿ ਜਾ ਬਹਿ ਜਾ ਆ ਜਾ ਬਾਹਰ ਆ ਜਾ ਡਰ ਨਾ ਚਾਹ ਬਣਾਓ ਕਿੰਨੇ ਪਸੂ ਬਈ ਆਪਣੇ ਆਈ ਮੈਂ ਚਾਰ ਘੰਟੇ ਅੱਛਾ ਆ ਜਾ ਇੱਧਰ ਇੱਧਰ ਬਾਹਰ ਤੇ ਕੰਮ ਹੀ ਕੀ ਕਰਦਾ ਬਾਹਰ ਆ ਜਾ ਬਾਹਰ ਆ ਜਾ ਤੁੱਪੇ ਅੱਛਾ ਇਹ ਰੱਖਿਆ ਵਾ ਕੰਮ ਕੁਮ ਕੀ ਕਰਦਾ ਏ
ਕਿੰਨੇ ਭਰਾ ਤੁਸੀਂ? ਹੈ ਦੂਜਾ ਭਰਾ ਕਿੱਥੇ ਤੇਰਾ ਹੈਗਾ? ਦੂਜਾ ਘਰੇ ਕਿੱਥੇ? ਹੈ ਬਿਹਾਰ। ਜਾਣਾ ਉਹਦੇ ਕੋਲ? ਨਹੀਂ ਜਾਣਾ। ਕਾਹਤੋਂ ਨਹੀਂ ਜਾਣਾ? ਤੂੰ ਪਿਓ ਕਿੱਥੇ ਤੇਰਾ? ਪਿਤਾ ਨਹੀਂ ਹੈਗੇ। ਮਾਂ? ਭੈਣ ਕੋਈ? ਨਹੀਂ। ਚਾਚਾ ਤਾਇਆ? ਨਹੀਂ। ਬਿਹਾਰ ਕਿੱਥੋਂ ਦਾ ਰਹਿਣ ਵਾਲਾ? ਬਿਹਾਰ ਦਾ। ਨਹੀਂ ਬਿਹਾਰ ਕਹਾਂ ਰਹਿਤਾ? ਬਿਹਾਰ ਮੇ ਕੌਣ ਸਾ ਗਾਉਂ ਹੈ ਤੇਰਾ? ਹੈ ਕਿਹੜਾ ਇਹਦਾ ਕਿਹੜਾ ਪੈਂਦਾ ਬਈ? ਬਿਹਾਰ ਮੇ ਕੌਣ ਸਾ ਗਾਉਂ ਹੈ ਤੇਰਾ? ਉਰਮੀ ਹੈ। ਉਰ ਬੈਠ ਤੂੰ। ਇਹਦਾ ਤੋ ਹੀ ਬਾਈ ਉਹ ਹੀ ਬਦਲ ਦਿਆ ਕਰੋ ਕੱਪੜੇ ਦੇ, ਜਿੱਥੇ ਪੈਂਦਾ ਨਾ ਉੱਥੇ ਮਿਲਣਾ ਦੇ। ਬਾਥਰੂਮ ਬੂਥਰੂਮ ਸਾਰਾ ਉੱਥੇ ਕਰੀ ਜਾ, ਗਿੱਲਾ ਗਿੱਲਾ ਹੋਇਆ ਪਿਆ ਉੱਥੇ ਰੋਜ਼ ਘੱਟੋ ਘੱਟ। ਇਹਦਾ ਰੋਜ਼ ਤੁਹਾਨੂੰ ਬਦਲਣਾ ਚਾਹੀਦਾ। ਮੈਨੂੰ ਕਿੱਥੋਂ ਪਤਾ ਲੱਗਣਾ ਸੀ? ਮੈਂ ਇੱਕ ਦਿਨ ਨਵਾਇਆ ਤੇ ਮੈਨੂੰ ਤਾਂ ਪਤਾ ਲੱਗਾ ਵੀ ਉੱਤਾਂ ਜਾਣ ਕੇ ਨਾਲ ਲੱਗ ਮਾੜਾ ਜਿਹਾ ਛੇਕ ਜਾਈਏ। ਹਾਂ ਤੇ ਹੈ ਨਹੀਂ ਜਿਹੜੀ ਕਿ ਬਾਥਰੂਮ ਦਾ ਜਾਂ ਬੰਦ ਪਤਾ ਲੱਗੇਗਾ। ਅੱਛਾ ਹੈ ਹੀ ਨਹੀਂ ਘੱਟੋ ਘੱਟ ਤੁਹਾਡੇ ਕੋਲ 10-15 ਸਾਲ ਹੋ ਗਏ। ਕਿੰਨੇ ਹੋ ਗਏ? ਕਿੰਨੇ ਹੋ ਗਏ ਸਹੀ ਤੁਸੀਂ ਦੱਸ ਦੋ? ਇਹਨੂੰ ਕੱਪੜੇ ਉੱਤੇ ਰੱਖ ਹੀ ਦਿਆ ਕਰੋ ਆਪ ਹੀ ਧੱਕੇ ਨਾਲ। ਨਹੀਂ ਇਹ ਤਾਂ ਨਹੀਂ ਪਾਉਂਦਾ ਹੁਣ ਪਸ਼ੂਆਂ ਨੂੰ ਵੀ ਆਪਾਂ। ਪਸ਼ੂ ਨੂੰ ਵੀ ਆਪਾਂ ਖਿੱਚ ਕੇ ਨਵਾ ਦਿੰਨੇ ਆ ਜੇ ਨਾ ਨਹਾਉਂਦਾ ਹੋਵੇ। ਇਹਦਾ ਫੇਰ ਬੰਦਾ ਵਾ ਉਹਦੇ ਥੱਲੇ ਜਾ ਕੇ ਤੁਸੀਂ ਰੋਜ਼ ਤਾਂ ਵੇਹਦੇ ਉੱਥੇ ਹਾਲ ਦੇਖੇ ਹੋਏ ਦਾ ਜਿੱਥੇ ਪਿਆ। ਇਹਨੂੰ ਇੱਧਰ ਹੀ ਦੇ ਦਿੰਦੇ ਆ ਵੀ ਥੋੜਾ ਪਾ? ਨਹੀਂ ਇਹ ਦਾਖਾ ਨਹੀਂ। ਇੱਧਰ ਹੀ ਕਿਤੇ ਪਾ ਪੂ ਦਿੰਦੇ ਇਹਨੂੰ ਮਸ਼ੀਨ ਵਾਲਾ ਕਮਰਾ ਕੁਝ। ਭਾਈ ਕਮਰਾ ਉਹ ਜੇ ਤੁਸੀਂ ਆਖੋ ਤੇ ਵੀ ਆਪਾਂ ਹੁਣ ਵੀ ਕਿਹੜਾ ਹੁਣ ਆਪਣੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਜਾਂਦੇ ਤੇ ਆਪਣੇ ਵਾਸਤੇ ਉਹ ਕਿਹੜੇ ਪ੍ਰਦੇਸ਼ਾਂ 'ਚ ਆਪਣੇ ਵਾਸਤੇ ਵੀ ਕਮਰੇ ਉਹ ਸਪੈਸ਼ਲ ਪਾ ਕੇ ਬੈਠੇ ਆ? ਨਹੀਂ ਉਹ ਤਾਂ ਜਿਹੜੇ ਗਏ ਆ। ਨਹੀਂ ਨਹੀਂ ਹੁਣ ਮੰਡ ਦੇ ਵਿੱਚ ਬਈਏ ਰੱਖੇ ਆ। ਕਿੱਥੇ? ਮੰਡ ਦੇ ਵਿੱਚ ਉਹ ਗੰਨਾ ਛਿਲਦੇ ਆ ਬੰਦੇ। ਹਾਂ 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 ਹੁਣ ਬੰਬੀਆਂ ਦੇ ਬੈਠੇ ਉਹ। ਬੰਬੀਆਂ ਦੇ ਚੱਲ ਬਈ ਉਹ ਆਪ ਸਫਾਈ ਤਾਂ ਹੈ ਨਾ। ਹੁਣ ਆਪਣੇ ਬੰਦੇ ਬਾਹਰ ਜਾਂਦੇ ਆ ਉੱਥੇ ਤਾਂ ਮੈਂ ਕਹਿੰਦਾ ਚਾਹੇ ਖੰਡ ਪਾੜ ਕਰਾ ਲਾ ਜਿੱਥੇ ਆਪਣੇ ਬੰਦੇ ਰਹਿੰਦੇ ਸਫਾਈ ਇੰਨੀ ਹੁੰਦੀ ਬੇਸਮੈਂਟਾਂ 'ਚ ਬਈ ਉਹ ਤਾਂ ਹੁਣ ਇਹ ਮੰਨ ਲਓ ਮਾੜਾ ਮੋਟਾ ਹੁਣ ਆਪਣੇ ਕੋਲ ਇਹਨੂੰ ਵੀ 5-7 ਰਹਿੰਦੇ ਨੂੰ ਹੋ ਗਏ ਜੇ ਭਾਜੀ ਹੁਣ ਆਖੋ ਚਲੋ ਹੁਣ ਜਿਸ ਤਰ੍ਹਾਂ ਜਾਂਦੇ ਕੋਈ ਮਾੜੀ ਚੰਗੀ ਸਮਝੋ ਵੇ ਇਹਨੂੰ ਫਿਰ ਤਾਂ ਭਾਵੇਂ ਜਿੱਥੇ ਮਰਜ਼ੀ ਇਹਨੂੰ ਪਾ ਲਈਏ ਨਹੀਂ ਇੱਧਰ ਹੀ ਮੇਰੇ ਸਾਡੇ ਕਹਿਣ ਦਾ ਮਤਲਬ ਇੱਧਰ ਹੀ ਮੰਜਾ ਦਾ ਦਿਓ ਕਿਤੇ ਪਸ਼ੂਆਂ 'ਚੋਂ ਤਾਂ ਆਪਾਂ ਅੱਡ ਕੱਢ ਦਈਏ ਵਿਚਾਰੇ ਨੂੰ ਇਹਦਾ ਰੱਬ ਰੂਪ ਰੱਬੀ ਬੰਦਾ ਹਜੇ ਵੀ ਤੁਹਾਡੇ ਨਾਲ ਪਿਆਰ ਕਰੀ ਜਾਂਦਾ ਇਹ ਦੇਖ ਲਓ ਪੁੱਛ ਲਓ ਭਾਵੇਂ ਆਪਾਂ ਤੇ ਮੈਂ ਉਹੀ ਕਹਿੰਦਾ ਨਾ ਪਰ ਜਿਹੜਾ ਇਹਨੂੰ ਪਿਆਰ ਮਿਲਣਾ ਚਾਹੀਦਾ ਸੀ ਉਹ ਨਹੀਂ ਵਿਚਾਰੇ ਨੂੰ ਮਿਲਦਾ ਦਾਖਲ ਅਸੀਂ ਕਰਾ ਦਿੰਨੇ ਆ ਤੁਸੀਂ ਪੈਸੇ ਲਾ ਦੋਗੇ ਫਿਰ ਆਪਣੇ ਕੋਲ ਇੱਥੇ ਹੀ ਕਰਵਾ ਸਕਦੇ ਆ ਅਸੀਂ ਇੱਥੇ ਕਿੱਥੋਂ ਕਰਵਾਉਂਗੇ ਇੱਥੇ ਜਿਹੜੇ ਹਸਪਤਾਲ ਜਾ ਕੋਈ ਕਰਵਾ ਲਾਂਗੇ ਤੇ ਇੱਥੇ ਆਪਾਂ ਦਾਖਲ ਕਰਵਾ ਦਿੰਨੇ ਆ ਜਿੱਥੇ ਤੁਸੀਂ ਕਹੋਗੇ ਉਸੇ ਹਸਪਤਾਲ 'ਚ ਕਰਾ ਦਿੰਨੇ ਆ ਆਪਾਂ ਕਿਉਂਕਿ ਜਿਹੜੇ ਹਾਲਾਤ ਆ ਨਾ ਬਈ ਇਹਦੇ ਤਾਂ ਪਤਾ ਨਹੀਂ ਕਦੋਂ ਫੜ ਜਾਣਾ ਠੀਕ ਆ ਉਹ ਤਾਂ ਦਵਾਈ ਤੇ ਦਵਾਈ ਪੈਣੀ ਦਾਖਲ ਕਰਾ ਕੇ ਹਾਂਜੀ ਪਹਿਲਾਂ ਅੱਧਾ ਠੀਕ ਤਾਂ ਇਹਨੇ ਇਹਨੂੰ ਨਵਾਉਣ ਨਾਲ ਹੀ ਹੋ ਜਾਣਾ ਇਹਨੇ ਜਿਹੜੇ ਆ ਦੂਜੇ ਕੱਪੜੇ ਦੇਖੀ ਇਹਦੇ ਸਾਰਾ ਸਿੰਮੀ ਜਾਂਦਾ ਉਹ ਤਾਂ ਇਹਦਾ ਸਾਰਾ ਜਿਵੇਂ ਧੋਤਾ ਹੁੰਦਾ ਕਲਾਫ ਜਿਹੜੇ ਪਏ ਤੇ ਮੂਤੀ ਜਣਾ ਤੇ ਫੇਰ ਇਹੋ ਵਾਲੀ ਬਣਨਾ ਵੇ ਇਹਦੇ ਨੂੰ ਆਪ ਨੂੰ ਚਾਹੀਦਾ ਨਾ ਉਹਨੂੰ ਤਾਂ ਪਤਾ ਹੀ ਨਹੀਂ ਬਈ ਹਾਂ ਜਦੋਂ ਭਾਜੀ ਉਹ ਤੇ ਮੂਤੀ ਜਣਾ ਭਾਜੀ ਉਹ ਮੰਜੇ ਤੇ ਰਾਦਾ ਹੁੰਦਾ ਮੰਜੇ ਤੇ ਪਤਾ ਇਹਨਾਂ ਵਿੱਚ ਮੂਰ ਕਰ ਰਿਹਾ ਉਹ ਬੈਂਚ ਤੇ ਤਾਂ ਸੌਂਦਾ ਬੈਂਚ ਤੇ ਪਤਾ ਨਹੀਂ ਲੱਗਦਾ ਮੂਰ ਤਾਂ ਫਿਰ ਭਾਈ ਜਦੋਂ ਉਹਨੂੰ ਵਿਚਾਰੇ ਨੂੰ ਉਹਦੇ ਵੱਸ ਨਹੀਂ ਨਾ ਉਹਦਾ ਭਗਤ ਆ ਆਪਣੇ ਬਈ ਚੰਗੇ ਭਲੇ ਬਾਬੇ ਹੋਣ ਨਾ ਜਦੋਂ 80 ਸਾਲ ਦਾ ਬੰਦਾ ਹੋ ਜਾਂਦਾ ਉਹ ਬੱਚਿਆਂ ਵਰਗਾ ਹੋ ਜਾਂਦਾ ਨਾਲੇ ਚੰਗੇ ਭਲੇ ਹੁੰਦੇ ਆਪਣੇ ਪਰਿਵਾਰਕ ਹਨਾ ਸਮਝ ਤੇ ਤਾਂ ਫੇਰ ਵੀ ਬੰਦਾ ਵਿਚਾਰਾ ਹਲੇ ਵੀ ਮੈਂ ਤਾਂ ਕਹਿੰਦਾ ਧੰਨ ਆ ਜਿਹੜਾ ਤੁਹਾਡੇ ਨਾਲ ਇੰਨਾ ਮੋਹ ਕਰੀ ਜਾਂਦਾ
ਹੁਣ ਤੁਸੀਂ ਵੀ ਸਿਆਣੇ ਆ ਬਈ ਘੱਟੋ ਘੱਟ ਪਸ਼ੂਆਂ ਵਾਲੇ ਚ ਤਾਂ ਨਹੀਂ ਹੱਕ ਇੱਧਰ ਦਾ ਹੈਗਾ ਨਾ ਵੀ ਆਪਾਂ ਬੰਦਾ ਪਾ ਦਈਏ ਪਰ ਹਾਂ ਪਿੰਡ ਚ ਦੋ ਚਾਰ ਬੰਦੇ ਨੇ ਸਾਨੂੰ ਇਹ ਜ਼ਰੂਰ ਕਿਹਾ ਵੀ ਜੇ ਛੜਾ ਲਓਗੇ ਤਾਂ ਵਧੀਆ ਵਾ ਵੀ ਘੱਟੋ ਘੱਟ 20 ਸਾਲ ਹੋ ਗਏ 15 ਸਾਲ ਨਹੀਂ 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 ਕਿੰਨੇ ਸਾਲ ਹੋ ਗਏ ਭੈਣੇ ਹਾਂਜੀ ਕਿੰਨੇ ਸਾਲ ਹੋ ਗਏ ਭੈਣੇ ਅੰਦਾਜ਼ਾ ਕਿੰਨੇ ਫੇਰ ਵੀ ਪੰਜ ਛੇ ਸੱਤ ਹੁਣ ਤੁਸੀਂ ਪਹਿਲਾਂ ਦੋਵਾਂ ਤੋਂ ਸੱਤ ਦੇ ਤਾਂ ਅੰਕਲ ਜੀ ਆ ਵੀ ਗਏ ਆ ਨਹੀਂ ਨਹੀਂ ਬਈ ਪਤਾ ਤਾਂ ਹੁੰਦਾ ਆਪਾਂ ਨੂੰ ਹੁਣ ਦੋ ਸਾਲ ਬੈਠੇ ਬੈਠੇ ਸੱਤ ਹਾਂਜੀ ਤੁਸੀਂ ਮੈਂਬਰ ਪੰਚਾਇਤ ਪਰ ਦੇਖੋ ਭੈਣੇ ਆਪਣਾ ਇਹ ਕਿੰਨਾ ਪਿਆਰ ਕਰਦਾ ਤੁਹਾਨੂੰ ਹਨਾ ਤੇ ਤੁਹਾਡਾ ਵੀ ਜਿਵੇਂ ਉਧਰ ਜਾ ਕੇ ਦੇਖਣ ਦਾ ਮਾੜਾ ਮੋਟਾ ਚੱਲੇ ਤੇ ਥੱਲੋਂ ਖੇਸ ਖੂਸ ਹੀ ਬਦਲੀ ਜਾਓ ਇੱਧਰ ਵੀ ਕਮਰੇ ਹੈਗੇ ਤੁਹਾਡੇ ਅੱਛਾ ਅੱਗੇ ਨਾ ਸਾਡੇ ਕਮਰਾ ਹੁੰਦਾ ਸੀ ਜਿੱਥੇ ਆ ਕਵਰ ਕੀਤਾ ਨਾ ਕਮਰਾ ਹੁੰਦਾ ਸੀ ਪਹਿਲਾਂ ਉੱਥੇ ਰਹਿੰਦਾ ਹੁੰਦਾ ਸੀ ਤੇ ਆ ਇਹਨਾਂ ਨੂੰ ਨਾ ਥੋੜੀ ਜਗ੍ਹਾ ਦਿੱਤੀ ਸੀ ਇਹਨਾਂ ਦਾ ਥੋੜੀ ਬਿਲਡਿੰਗ ਖਰਾਬ ਹੋਈ ਪਹਿਲਾਂ ਪੰਨੇ ਪੰਨੇ ਕਮਰਾ ਸੀ ਦੁਕਾਨ ਹੁੰਦੀ ਸੀ ਕਮਰਾ ਹੁੰਦਾ ਸੀ ਪਹਿਲਾਂ ਉੱਥੇ ਤੇ ਆ ਥੋੜਾ ਹੁਣ ਚਲੋ ਕੰਮ ਚੱਲਣ ਦਿਆ ਸੀ ਤਾਂ ਕਰਕੇ ਇਹਨੂੰ ਦਾਖਾਨੇ ਵਾਲੇ ਮੰਗਣ ਡਏ ਆ ਕਿਰਾਏ ਦੇ ਹੱਲੇ ਜਿੱਥੇ ਪੈਂਦਾ ਇੱਥੇ ਵੀ ਕਮਰੇ ਪਾਉਣੇ ਇੱਥੇ ਬਣਾਉਣਾ ਸੀ ਇਹਦਾ ਆ ਦਾਖਾਨਾ ਹਾਂਜੀ ਆ ਵਾਲਾ ਇਹਨਾਂ ਨੂੰ ਆ ਥੋੜੇ ਦਿਨ ਹੀ ਹੋਏ ਆ ਕਮਰਾ ਦੇ ਹੀ ਬਣਾਉਣਾ ਇਹਨਾਂ ਨੂੰ ਦੇਣਾ ਸੀ ਇਹਦੇ ਕਮਰਾ ਇਹਦਾ ਉਧਰ ਪਰਲੀ ਸਾਈਡ ਹੁੰਦਾ ਜਿੱਦਣ ਮੇਰਾ ਟਾਈਮ ਹੋਵੇ ਉਦੋਂ ਭਾਂਡੇ ਵੇ ਦੇ ਮੈਂ ਖੁਦ ਮੰਨ ਲਿਆ ਕੁਛ ਲਮੂਤ ਗਲਾਸ ਦੇ ਛੋਟੂ ਆ ਭਾਂਡੇ ਮਾਂਜ ਲਾਂ ਮੈਂ ਤੈਨੂੰ ਰੋਟੀ ਦਾ ਤਾ ਦੇਣੀ ਤੇ ਭਾਂਡੇ ਮਾਂਜ ਲੈ ਨਹੀਂ ਮੈਂ ਧੋਤਾ ਹੀ ਆ ਉਹ ਹਰ ਕੇ ਮੈਨੂੰ ਆਪ ਸਾਫ਼ ਕਰਕੇ ਤੇ ਫਿਰ ਰੋਟੀ ਦੇਣੀ ਹੁਣ ਰੋਜ਼ ਤੇ ਮੇਰਾ ਵੀ ਕੰਮ ਹੈ ਬਾਹਰ ਦਾ ਰੋਟੀ ਪਾਣੀ ਪੱਲਿਆਂ ਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਬਾਈ ਦੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਬਾਈ ਨੂੰ ਅਸੀਂ ਵੈਰੋਵਾਲ ਪਿੰਡ ਤੋਂ ਤਰਨ ਤਰਨ ਜ਼ਿਲ੍ਹੇ ਤੋਂ ਲੈ ਕੇ ਆਏ ਹਾਂ ਅਤੇ ਜੋ ਹਾਲਾਤ ਸੀਗੇ ਉਹ ਰਾਸਤੇ 'ਚ ਇਹਨੇ ਜਿਹੜੇ ਸਾਨੂੰ ਹਾਲਾਤ ਦੱਸੇ ਆ ਕਿ ਕਿਵੇਂ ਪਸ਼ੂਆਂ ਵਾਲੇ ਵਾੜੇ 'ਚ ਇਹਨੂੰ 15-20 ਸਾਲ ਤੋਂ ਜਦੋਂ ਅਸੀਂ ਗਏ ਤਾਂ ਕਹਿ ਰਿਹਾ ਸਾਡੇ ਕੋਲ ਤਾਂ 2 ਸਾਲ ਹੀ ਆਏ ਸਰਦਾਰ ਬੰਦਾ ਸਾਨੂੰ ਖੁਦ ਨੂੰ ਸ਼ਰਮ ਆ ਗਈ ਅਸੀਂ ਬਹੁਤ ਸੋਚਿਆ ਕਿ ਇਹਦੇ ਨਾਲ ਪਿਆਰ ਨਾਲ ਹੀ ਗੱਲ ਕਰੀਏ ਪਰ ਉਹ ਬੰਦੇ ਨੂੰ ਸ਼ਰਮ ਨਹੀਂ ਆਈ ਇਹਦੇ ਨਾਲ ਜਿਹੜੇ ਹਾਲਾਤ ਕਰਦਾ ਸੀਗਾ ਇਹ ਬਾਈ ਦੇ ਟੈਸਟ ਦਾ ਸਾਈਜ਼ ਵੱਧ ਕੇ ਮੈਂ ਕਹਿੰਦਾ ਤੋੜੇ ਜਿੱਡਾ ਹੋਇਆ ਵਾ ਉਹ ਬੰਦੇ ਤੋਂ ਬੈਠਿਆ ਵੀ ਨਹੀਂ ਜਾਂਦਾ ਦਰਦ ਹੁੰਦਾ ਹੈ ਹੈ ਤੂੰ ਰਹਿਣ ਵਾਲਾ ਕਿੱਥੋਂ ਦਾ ਬਿਹਾਰ ਦਾ ਬਿਹਾਰ ਦਾ ਬਿਹਾਰ ਕਿਹੜਾ ਪਿੰਡ ਹੈ ਗਾਉਂ ਕੌਣ ਸਾ ਹੈ ਹੈ ਕੌਣ ਸਾ ਗਾਉਂ ਬਿਹਾਰ ਮੇ ਹੈ ਕੋਈ ਪੁਰਨੀਆ ਬਿਹਾਰ ਚ ਬਾਈ ਇਹਦਾ ਪੁਰਨੀਆ ਪਿੰਡ ਆ ਕੋਈ ਗਾਉਂ ਪੈਂਦਾ ਵਾ ਤੇ ਜੇ ਕੋਈ ਉਧਰ ਦਾ ਵੀਡੀਓ ਦੇਖ ਰਿਹਾ ਵਾ ਇਹਦੇ ਮਾਂ ਪਿਓ ਦੀ ਇਹਦੇ ਕਹਿਣ ਅਨੁਸਾਰ ਡੈਥ ਹੋਈ ਵੀ ਆ ਤੇ ਇਹਦਾ ਭਰਾ ਸੀਗਾ ਹਾਲੇ ਹੈਗਾ ਵਾ ਜੇ ਕੋਈ ਹੋਰ ਇਹਦਾ ਚਾਚਾ ਤਾਇਆ ਰਿਸ਼ਤੇਦਾਰ ਹੈਗਾ ਵਾ ਤੇ ਇਹਨੂੰ ਲਿਜਾਣਾ ਚਾਹੁੰਦਾ ਵਾ ਤਾਂ ਅਸੀਂ ਇਸ ਵਕਤ ਇੱਕ ਉਮੀਦ ਆਸ਼ਰਮ ਜੋ ਮੋਗੇ ਜ਼ਿਲ੍ਹੇ ਪਿੰਡ ਦੌਲਤਪੁਰੇ ਬਣਿਆ ਹੋਇਆ ਵਾ ਉੱਥੇ ਅਸੀਂ ਬੈਠੇ ਹਾਂ ਅਤੇ ਕੋਈ ਵੀ ਸਭ ਤੋਂ ਪਹਿਲਾਂ ਤਾਂ ਬਾਈ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਔਰ ਜਿਹੜੇ ਇਹਦੇ ਹਾਲਾਤ ਸੀਗੇ 15 ਸਾਲ ਤੋਂ ਸਰਦਾਰ ਨੇ ਘਰ 'ਚ ਰੱਖਿਆ ਹੋਇਆ ਸੀਗਾ ਔਰ ਸਾਨੂੰ ਪਤਾ ਕਿ ਅਸੀਂ ਇਹਨੂੰ ਬੰਦੇ ਨੂੰ ਕਿਵੇਂ ਲੈ ਕੇ ਆਏ ਹਾਂ ਉਹਨੇ ਪੂਰਾ ਜ਼ੋਰ ਲਾ ਲਿਆ ਸੀਗਾ ਕਿ ਪਹਿਲਾਂ ਤਾਂ ਪਿਆਰ ਨਾਲ ਗੱਲ ਕਰੇ ਕੋਈ ਨਾ ਜੀ ਤੁਸੀਂ ਲੈ ਜਾਓ ਪਰ ਜਦੋਂ ਇਹਨੂੰ ਲਿਆਉਣ ਲੱਗੇ ਤਾਂ ਉਹਨੇ ਆਪਦਾ ਪੂਰਾ ਜ਼ੋਰ ਲਾਇਆ ਕਿ ਮੈਂ ਨਹੀਂ ਇਹਨੂੰ ਛੱਡਣਾ ਤਾਂ ਅਸੀਂ ਪੂਰੇ ਸੋਚ ਸਮਝ ਕੇ ਅਸੀਂ ਵੀ ਕਿਉਂਕਿ ਕਲੇਸ਼ 'ਚ ਬਾਰੇ 'ਚ ਫਾਇਦਾ ਨਹੀਂ ਹੁੰਦਾ ਤਾਂ ਅਸੀਂ ਵੀ ਜਿਵੇਂ ਬਚਾਅ ਕਰਕੇ ਬਾਈ ਨੂੰ ਇੱਥੋਂ ਤੱਕ ਅਸੀਂ ਲੈ ਕੇ ਆਏ ਹਾਂ ਅਤੇ ਜੇ ਤੁਹਾਡੇ ਕੋਲ ਵੀ ਕੋਈ ਕੇਸ ਹੈਗਾ ਵਾ ਤੁਹਾਡੇ ਆਸ ਪਾਸ ਕੋਈ ਬੰਦੇ ਨੂੰ ਕਿਸੇ ਨੂੰ ਬੰਦੀ ਫੜ ਕੇ ਰੱਖਿਆ ਹੋਇਆ ਵਾ ਘਰ 'ਚ ਤਾਂ ਉਹਦੀਆਂ ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਦੀਆਂ ਕਰੋ ਜਾਂ ਸਾਨੂੰ ਬਹੁਤ ਫੋਨ ਕਾਲ ਆਉਂਦੇ ਆ ਮਾਝੇ ਹਾਲ ਤੋਂ ਕਿ ਬਾਈ ਜਦੋਂ ਤੁਸੀਂ ਬੰਦੇ ਨੂੰ ਛੁਡਾਉਣ ਜਾਣਾ ਹੁੰਦਾ ਸੀ ਵੀ ਤੁਹਾਡੇ ਨਾਲ ਸੇਵਾ ਕਰਨ ਜਾਣਾ ਹੁੰਦਾ ਸਾਨੂੰ ਵੀ ਨਾਲ ਜ਼ਰੂਰ ਲੈ ਕੇ ਜਾਇਆ ਕਰੋ ਸੇਵਾ ਦਾ ਮੌਕਾ ਦਿਆ ਕਰੋ ਤਾਂ ਸਾਡਾ ਨੰਬਰ ਆ 90713-90714 9071390714 ਇਸ ਨੰਬਰ 'ਤੇ ਤੁਸੀਂ ਸਾਨੂੰ ਫੋਨ ਕਰੋ ਜਾਂ ਵਟਸਐਪ 'ਤੇ ਆਪਣਾ ਨਾਮ ਲੈ ਕੇ ਸ਼ਹਿਰ ਦਾ ਨਾਮ ਲੈ ਕੇ ਮੈਸੇਜ ਕਰੋ ਅਤੇ ਜਦੋਂ ਅਸੀਂ ਕੋਈ ਤੁਹਾਡੇ ਸ਼ਹਿਰ ਵੱਲ ਆਵਾਂਗੇ ਤਾਂ ਤੁਹਾਨੂੰ ਜ਼ਰੂਰ ਸੇਵਾ ਦਾ ਮੌਕਾ ਦੇਵਾਂਗੇ ਨਾਲ ਲਿਜਾ ਕੇ ਅਤੇ ਇਹ ਬਾਈ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਸਾਰੀ ਘਟਨਾ ਤੁਸੀਂ ਦੇਖ ਹੀ ਲਈ ਹੈ ਅਤੇ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਬਾਰੇ
जो दूजे की जिंदगी तो जिंदगी भी नहीं समझते पर अपने पैसों नू दूजे की जिंदगी नालों ज्यादा अहमियत देंदे ने जदों कि अपने कुछ क पैसे बचाउण दे लई दूजियां दे नाल किन्ना ज्यादा अत्याचार करते ने। इस दी जींदी जागदी मिसाल तुसी अपनी अखां दे नाल इस वीडियो दे विच देखी है। सो अजिहे लोकां दे बारे दो शब्द जरूर कमेंटां दे विच दस्सो ते तुहानूं लगदा है अजिहे लोकां ते सख्त कार्रवाई होनी चाहीदी है क्योंकि अजिहे लोक जिथे माझे एरिए दे विच सरहदी पिंडां दे विच बहुत ज्यादा गिणती दे विच पाए जांदे ने जो दूजियां दी जिंदगी दे नाल खेडदे ने। उत्थे अजिहे लोक अज दे समें दे विच सफेद पोशीए बन के आम समाज दे विच रहिंदे ने। की लगदा तुहानूं अजिहे लोकां बारे जरूर कमेंट करना ते वीडियो नूं लाइक करके शेयर कर देना। एक उम्मीद संस्था अते वीर गुरिंदर वाड़ दे लई भी एक लाइक शेयर बनदा है। सो मिलांगे जल्द किसी होर ताज़ा खबर दे नाल। तुसीं बने रहना अनलिमिटेड ज्ञान दे नाल ते फिलहाल इत्थे सानूं दिओ इजाजत। धन्नवाद।